ਤੁਹਾਨੂੰ ਪਤਾ ਹੀ ਹੈ ਵੀ ਕਈਆਂ ਦੇ ਬਿਮਾਰੀ ਅਜੇ ਗੁਆਂਢੀਆਂ ਦੇ ਆਈ ਹੁੰਦੀ ਉਹ ਪਹਿਲਾਂ ਹੀ ਮੰਜੇ ਤੇ ਪੈ ਜਾਂਦਾ ਵੀ ਆਪਾਂ ਪਏ ਆ। ਮੈਂ ਪਰਸੋਂ ਚੌਥੇ ਜਹਾਜ਼ ਵਿੱਚ ਗਿਆ ਤੇ ਉਧਰੋਂ ਮੈਂ ਆਇਆ ਬਾਹਰੋਂ ਤੇ ਮੈਂ ਵੇਖਦਾ ਸੀ ਸਾਡੇ ਨਾਲ ਇੱਕ ਪਰਿਵਾਰ ਆਇਆ ਉਹ ਬੰਦਾ ਬਈ ਅਸੀਂ ਵੀ ਮੂੰਹ ਬੰਨੇ ਇੱਥੇ ਉਹ ਟੋਪਾ ਜਿਹਾ ਵੀ ਲਿਆ ਜਹਾਜ਼ 'ਚ ਲੈਣਾ ਪੈਂਦਾ ਹੈ ਜਹਾਜ਼ ਵਾਲਿਆਂ ਨੇ ਬਣਾਇਆ ਪਹਿਲਾਂ ਉਹ ਮੂੰਹ ਤੇ ਲਾ ਲਿਆ ਫਿਰ ਟੋਪਾ ਜਿਹਾ ਲੈ ਲਿਆ ਉੱਤੇ ਤੇ ਸਾਰੇ ਰਾਹ ਬੰਨੇ ਆਏ। ਇੱਕ ਬੰਦਾ ਮੈਂ ਵੇਖਿਆ ਜੋਤਸ਼ੀ ਵੱਡਾ ਸਾਰਾ ਟਿੱਕਾ ਲਾਇਆ ਉਹਦੇ ਕੱਪੜੇ ਦੱਸਦੇ ਸੀ ਵੀ ਇਹ ਬੰਦਾ ਕੋਈ ਪਾਂਡਾ ਹੈ ਪੰਡਿਤ ਪਾਂਡਾ ਹੈ ਉਹ ਜਿਵੇਂ ਹੁੰਦੇ ਨੇ ਨਾ ਜੋਤਸ਼ੀ ਉਹਦੇ ਕੱਪੜੇ ਲੀੜੇ ਉਹਦੇ ਬੈਗ ਉਹਦਾ ਉਦਾਂ ਦਾ ਉਹਦੇ ਉੱਤੇ ਲਿਖਿਆ ਹੋਇਆ ਲਿਖਿਆ ਪ੍ਰਿੰਟ ਹੋਇਆ ਹੁੰਦਾ ਰਾਮ ਰਾਮ ਲਿਖਿਆ ਹੁੰਦਾ ਉਹ ਇੱਦਾਂ ਸਾਡੇ ਨਾਲ ਬੈਠਾ ਉਹਦੇ ਦੋ ਬੱਚੇ ਘਰ ਵਾਲੀ ਉਹਦੀ ਬੀਬੀ ਤੇ ਉਹਨੇ ਉਹ ਡਰੈਸ ਪਾਈ ਜਿਹੜੀ ਨਰਸਾਂ ਨਹੀਂ ਪਾਉਂਦੀਆਂ ਨੇ ਕਰੋਨਾ ਹੋਇਆ ਹੋਇਆ ਸੀ ਢੱਕ ਕੇ ਸਾਰਾ ਅਸੀਂ ਇਕੱਲੇ ਮੂੰਹ ਤੇ ਵੀ ਔਖੇ ਉਹਨੇ ਢੱਕਿਆ ਹੋਇਆ ਮੈਂ ਸੋਚਾਂ ਵੀ ਇਹਦੀ ਘਰ ਵਾਲੀ ਕਹੇਗੀ ਕਿੱਥੇ ਇਹਦੇ ਨਾਲ ਵਿਆਹੀ ਗਈ ਕਿੱਦਾਂ ਡਰੋਕਲ ਬੰਦਾ ਮਤਲਬ ਐਡੇ ਐਡੇ ਉਹਨੇ ਇੱਥੇ ਦਸਤਾਨੇ ਚਾੜੇ ਵੀ ਐਂ ਲੱਗੇ ਵੀ ਇਹਨੂੰ ਕਰੋਨਾ ਹੋ ਹੀ ਚੱਲੀ ਨਿਆਣੇ ਉਹਦੇ ਐਡੇ ਐਡੇ ਨਿਆਣੇ ਉਹ ਵੀ ਐਂ ਢਕੇ ਪਏ ਇੰਨਾ ਥਾਂ ਨਾ ਨੰਗਾ ਕਿਤੇ ਪੂਰਾ ਤੇ ਸਾਰੇ ਜਹਾਜ਼ 'ਚ ਬਹਿ ਗਏ ਉਹ ਬਾਅਦ 'ਚ ਆਇਆ ਅਸੀਂ ਸਾਰੇ ਨਿਕਲ ਗਏ ਉਹ ਬਿਠਾਈ ਰੱਖੇ ਆਪਾਂ ਨਹੀਂ ਜਾਣਾ ਬੈਠੇ ਰਹਿਣਾ ਇੰਨਾ ਡਰਿਆ ਹੋਇਆ ਇਹੋ ਜਿਹਾ ਨੂੰ ਹੋ ਵੀ ਜਾਂਦਾ ਕਰੋਨਾ ਪੱਖਾ ਹੋਵੇ ਨਾ ਇਹ ਸੋਚ ਸੋਚ ਕੀ ਕਰ ਲੈਂਦੇ ਨੇ ਵੀ ਮੈਂ ਬਿਮਾਰ ਹਾਂ ਮੈਂ ਬਿਮਾਰ ਨਹੀਂ ਵੀ ਬਿਮਾਰ ਤਾਂ ਵੀ ਬਿਮਾਰ ਪੈ ਜਾਂਦੇ ਸੱਚੀ ਗੱਲ ਹੈ ਕਈਆਂ ਦੇ ਤੁਹਾਡੇ 'ਚ ਮੈਨੂੰ ਲੱਗਦਾ ਕਰੋਨੇ ਹੋ ਹਾ ਕੇ ਤੁਰ ਵੀ ਗਏ ਹੋਣਗੇ ਪਤਾ ਵੀ ਨਹੀਂ ਲੱਗਾ ਜ਼ੁਕਾਮ ਵੀ ਲੱਗ ਹਟਿਆ ਖੰਘ ਵੀ ਲੱਗ ਹਟੀ ਸੁੰਘਣਾ ਵੀ ਗਿਆ ਬੁਖਾਰ ਵੀ ਪਏ ਰਹੇ ਗਏ ਨਹੀਂ ਡਾਕਟਰਾਂ ਕੋਲ ਠੀਕ ਵੀ ਹੋ ਗਏ ਪਤਾ ਵੀ ਲੱਗ ਗਿਆ ਨਾਲੇ ਪਤਾ ਹੈ ਪਿੱਛੇ ਵਿੱਚ ਕਈ ਹੈਗੇ ਆਪਣੇ 'ਚ ਦੱਸਿਆ ਹੀ ਨਹੀਂ ਵੀ ਹੋਇਆ ਵੀ ਸੀ ਪਰ ਡਰ ਇਹ ਲੱਗ ਚੱਕ ਹੀ ਲੈ ਜਾਏ ਡਾਕਟਰ ਮਨ ਮਤਲਬ ਕਈ ਬੰਦੇ ਕਾਇਮ ਹੈਗੇ ਆ ਤੇ ਕਈ ਮਰਿਆਂ ਵਰਗੇ ਹਰ ਵੇਲੇ ਇੱਕ ਮੈਂ ਕਹਿੰਦਾ ਦੇਖੋ ਧਿਆਨ ਤੇ ਰੱਖਣਾ ਠੀਕ ਹੈ ਅਸੀਂ ਧਿਆਨ ਰੱਖੀਏ ਬੱਚਿਆਂ ਦਾ ਖਿਆਲ ਰੱਖੀਏ ਪਰ ਦਹਿਲ 'ਚ ਜਿਉਣਾ ਡਰ 'ਚ ਜਿਉਣਾ ਤੇ ਜਿਹੜਾ ਸਾਡਾ ਇਹ ਡਰ ਹੈ ਦਰੋਗਲ ਬੰਦੇ ਪੁਜਾਰੀਆਂ ਦੇ ਬਹੁਤ ਵੱਡੇ ਗਾਹਕ ਨੇ ਜਿੰਨੇ ਡਰੇ ਹੋਏ ਹੋਣਗੇ ਉਹਨੇ ਗਾਹਕ ਅੱਜ ਸਵੇਰੇ ਹੀ ਮੈਨੂੰ ਮਿਲਿਆ ਪਰਿਵਾਰ ਗੱਲ ਅਸੀਂ ਕਰੀਏ ਮੈਨੂੰ ਦੱਸਣ ਕਹਿੰਦੇ ਭਾਈ ਸਾਹਿਬ ਤੁਹਾਨੂੰ ਪਤਾ ਹੀ ਹੈ ਲੋਕੀ ਨਾ ਇੱਦਾਂ ਹੀ ਨੇ ਸਮਝ ਸਮਝਣ ਵਾਲੇ ਘੱਟ ਹੀ ਨੇ ਮੈਂ ਕਿਹਾ ਨਾ ਸਮਝਣਾ ਆਪਾਂ ਕੀ ਲੈਣਾ ਕਹਿੰਦੇ ਨਹੀਂ ਸਾਡੇ ਗੁਆਂਢੀ ਨੇ ਇੱਥੇ ਵੀ ਕਈ ਵਾਰੀ ਆਏ ਤੇ ਉੱਥੇ ਕੋਈ ਚੌਂਕੀ ਲਾਉਂਦਾ ਵਡਭਾਗ ਸਿੰਘ ਦੀ ਇੱਧਰ ਪਾਤੜਾਂ ਦੇ ਏਰੀਏ 'ਚ ਮੈਂ ਕਿਹਾ ਅੱਛਾ ਕਹਿੰਦੇ ਉਹ ਨਾ ਬਾਬੇ ਨੂੰ ਘਰ ਸੱਦ ਲਿਆ ਤੇ ਬਾਬੇ ਨੇ ਵੇਖਿਆ ਕਿੱਕਰ ਬੜਾ ਕਮਾਲ ਦਾ ਵਿਹੜੇ 'ਚ ਲੱਗਾ ਤੇ ਵੱਡਾ ਉਹਦਾ ਮੋਛਾ ਪੂਰਾ ਵੱਡਾ ਤੇ ਵਧੀਆ ਸੁਹਾਗਾ ਬਣਾਉਣ ਵਾਲਾ ਕਹਿੰਦੇ ਸੋਚਿਆ ਵੀ ਮੈਂ ਕਮਾਲ ਦਾ ਘੱਟ ਤੋਂ ਘੱਟ 20-25 ਹਜ਼ਾਰ ਦੀ ਲੱਕੜ ਉਹਨੇ ਵੇਖਿਆ ਵੀ ਕਮਾਲ ਦਾ ਕਿੱਕਰ ਹੈ ਆਇਆ ਗੇੜਾ ਗੂੜਾ ਦੇ ਕੇ ਤੁਰ ਗਿਆ ਕਹਿੰਦਾ ਵੇਖ ਚੱਲਿਆ ਬਸ ਉੱਥੇ ਆਇਓ ਸਾਰਾ ਟੁੱਪਾ ਕਹਿੰਦੇ ਬਾਬੇ ਦੇ ਡੇਰੇ ਚਲੇ ਗਏ ਛੋਟਾ ਜਿਹਾ ਉਹਦਾ ਛੋਟਾ ਜਿਹਾ ਡੇਰਾ ਬਣਿਆ ਹੋਇਆ ਕਿਤੇ ਮਾੜਾ ਮੋਟਾ ਕਹਿੰਦੇ ਉੱਥੇ 100-50 ਬੰਦਾ ਜਾਂਦਾ ਆਉਂਦਾ ਹੈ ਤੇ ਜਦੋਂ ਇਹ ਗਏ ਤੇ ਕਹਿੰਦੇ ਪਿਤਾ ਜੀ ਆਉਂਦੇ ਨੇ ਤੁਹਾਡੇ ਘਰ ਕਹਿੰਦੇ ਅੱਛਾ ਕਹਿੰਦੇ ਵੇਖ ਆਇਆ ਆਉਂਦੇ ਨੇ ਕਹਿੰਦੇ ਕਿੱਥੇ ਕਹਿੰਦੇ ਕਿੱਕਰ ਨਹੀਂ ਜਿਹੜਾ ਉਹਦੇ ਤੇ ਬਹਿੰਦਾ ਆ ਗਿਆ ਕਿੱਕਰ ਤੇ ਬਹਿੰਦਾ ਆ ਗਿਆ ਉਹ ਕਹਿੰਦੇ ਫਿਰ ਕਰੀਏ ਕੀ ਕਹਿੰਦੇ ਪਟਾਓ ਕਹਿੰਦੇ ਬਾਬਾ ਜੀ ਕਿੱਕਰ ਕਹਿੰਦੇ ਉਹ ਤੇ ਪੱਕ ਗਿਆ ਕਿੱਕਰ ਨਹੀਂ ਹੁਣ ਤੁਹਾਡੇ ਕੰਮ ਦਾ ਕਹਿੰਦੇ ਕੀ ਕਰੀਏ ਕਹਿੰਦੇ ਪਟਾਓ ਕਿੱਕਰ ਉਹ ਕਹਿੰਦੇ ਫਿਰ ਬਾਲਣ ਬੂਲਣ ਕਹਿੰਦੇ ਲੰਗਰ 'ਚ ਸੁੱਟ ਦਿਓ ਇੱਥੇ ਲਿਆ ਕੇ ਅੱਛਾ ਉਹ ਜੀ ਨਾ ਕਰੇ ਉਹਨਾਂ ਦਾ ਵੀ ਕਿੱਕਰ ਤੇ ਵੱਢ ਦਿਆ ਪੱਟ ਤੇ ਲਿਆ ਪਰ ਉਹਦਾ ਮੋਛਾ ਬੜਾ ਕਮਾਲ ਦਾ ਪੂਰਾ ਐਡਾ ਪਲਿਆ ਕਿ ਕਰੋ ਆਖਣ ਦਈਏ ਕਿਵੇਂ ਦਿਲ ਨਾ ਪਏ ਰਿਸ਼ਤੇ ਸਾਂਭਿਆ ਸੀ ਵੀ ਚੱਲ ਸੁਹਾਗਾ ਸੂਗਾ ਬਣਾਵਾਂਗੇ ਹੋਰ ਕੰਮ ਕਰਨ ਵਾਲੇ ਸੀ ਉਹਨਾਂ ਨੇ ਉਤਲੇ ਉਤਲੇ ਹਿੱਸਾ ਦੇ ਦਿੱਤਾ ਟਾਣੀਆਂ ਟਾਣੀਆਂ ਉਹ ਵੀ ਬਾਬੇ ਦੇ ਚੇਲੇ ਪੱਕੇ ਹੋਣੇ ਨੇ ਨਾ ਤਜਰਬਾ ਹੁੰਦਾ ਉਹਨਾਂ ਨੂੰ ਵੀ ਹੁਣ ਕਈ ਇੱਥੇ ਮੈਂ ਸੁਣਿਆ ਕੱਦੂ ਗਿਆ ਪੱਕ ਕੱਦੂ ਪੱਕ ਗਿਆ ਨਾ ਪਹਿਲਾਂ ਕੱਚਾ ਸੀ ਤੇ ਕੱਚੇ ਤੇ ਘਰ ਜਾਂਦੇ ਨੇ ਜਦੋਂ ਪੱਕ ਗਿਆ ਐ ਬੰਦਾ ਹੱਥ ਐ ਫੜ ਕੇ ਨਾ ਹੱਥ 'ਚ ਕੱਦੂ ਨਾਲੇ ਤੇ ਕੱਦੂ ਹੱਥ 'ਚ ਫੜਿਆ ਨਾਲੇ ਐ ਕਰੇ ਅੱਛਾ ਹੁਣ ਤੂੰ ਪਰਮੇਸ਼ਰ ਦੁਆਰ ਜਾਏਗਾ ਪੱਕ ਗਿਆ ਨਾ ਹੁਣ ਮਤਲਬ ਜਿਹੜਾ ਪੱਕਾ ਨਿਕਲ ਆਇਆ ਐ ਅੱਛਾ
ਪਰਮੇਸ਼ਰ ਦੁਆਰ ਜਾਏਗਾ ਤੂੰ, ਮਤਲਬ ਪੱਕਾ ਕੱਦੂ ਹੈ ਹੁਣ ਕਰੀਏ ਕੀ, ਇਹਨੂੰ ਉੱਥੇ ਲੰਗਰ 'ਚ ਦੇ ਆਓ, ਉੱਥੇ ਲੰਗਰ 'ਚ ਕਿਹੜਾ ਪਤਾ ਲੱਗਦਾ, ਉੱਥੇ ਇੰਨੇ ਕੱਦੂਆਂ 'ਚ ਵਿੱਚ ਹੀ ਪੱਕਾ ਬਣ ਜਾਣਾ। ਮਤਲਬ ਹੁਣ 1000 ਕੱਦੂ ਵੱਢਿਆ, ਵਿੱਚ 2-4 ਪੱਕੇ ਵੀ ਵੱਢੇ ਜਾਣਗੇ। ਸੋਚਦੇ ਨੇ ਤਾਂ ਬੰਦੇ ਖਰਾਬ ਖਰੂਬ ਹੋ ਗਿਆ, ਦੁੱਧ ਪਾ ਦਿਓ ਵਿੱਚ ਹੀ, ਬਾਬੇ ਦੀ ਟੋਲੀ 'ਚ ਕਿਹੜਾ ਪਤਾ ਲੱਗਦਾ ਹੁੰਦਾ। ਇੱਥੇ ਉਹ ਵੀ ਬਾਬੇ ਦੇ ਪੱਕੇ ਚੇਲੇ ਸੀ, ਉਹ ਕਹਿੰਦੇ ਤੂੰ ਉੱਤੋਂ ਦੇ ਆਊ, ਟਾਣੀਆਂ ਸਾਰੀਆਂ ਬਾਲਣ ਬਾਲਣ ਦੇ ਆਏ। ਉਹ ਫੇਰ ਵੇਖੇ ਵੀ ਉਹ ਤੇ ਮੁੱਢ ਤੇ ਆਇਆ ਹੀ ਨਹੀਂ, ਉਹ ਤੇ ਮੁੱਛਾ ਸੀ ਪੂਰਾ ਵੱਡਾ, ਉਹ ਤੇ ਆਇਆ ਹੀ। ਉਹ ਢਿੱਲ ਮੱਟ ਫੇਰ ਮਾੜੀ ਮੋਟੀ ਹੋ ਗਈ ਬਾਬੇ ਕੋਲ, ਮਹੀਨੇ ਕੁ ਬਾਅਦ ਫਿਰ ਗਏ, ਕਹਿੰਦੇ ਬਾਬਾ ਜੀ ਠੀਕ ਨਹੀਂ। ਕਹਿੰਦੇ ਮੈਂ ਇੱਥੋਂ ਹੀ ਨਿਗਾਹ ਮਾਰ ਲਈ ਹੈ। ਕਹਿੰਦੇ ਕੀ? ਕਹਿੰਦੇ ਅਜੇ ਤੁਹਾਡਾ ਬੁੱਢਾ ਹੁੰਦਾ। ਕਹਿੰਦੇ ਹੁਣ ਕਿੱਥੇ ਪੈਂਦਾ? ਕਹਿੰਦੇ ਮੁੱਢ ਤੇ, ਅਜੇ ਮੁੱਢ ਅਜੇ ਤੁਹਾਡੇ ਘਰ ਹੀ ਹੈ। ਬਾਬਾ ਕਿੱਡਾ ਅੰਤਰ ਜਾਮੀ, ਇਹਨੂੰ ਮੁੱਢ ਦਾ ਵੀ ਪਤਾ ਸਾਡੇ ਘਰੇ ਪਿਆ। ਅੱਛਾ ਇਹ ਨਹੀਂ ਪਤਾ ਵੀ ਜਿੱਦਣ ਉਹ ਤੇਰੇ ਘਰ ਤੂੰ ਲਿਆਇਆ ਸੀ ਨਾ ਫੇਰਾ ਪਵਾਣ, ਉਹ ਪੂਰੀ ਨਿਗਾਹ ਮਾਰ ਗਏ ਸੀ, ਉਹਨਾਂ ਨੂੰ ਨਹੀਂ ਪਤਾ ਲੱਗਾ ਵੀ ਕਿੱਕਰ ਵੇਖ ਗਿਆ ਚੰਗੀ ਤਰ੍ਹਾਂ। ਤੇ ਉਹ ਮੁੱਢ ਵੀ ਦੇ ਆਏ, ਕਹਿੰਦੇ ਮੁੱਢ ਵੀ ਫੜਾ ਆਏ ਉਦਣ ਤੋਂ। ਕਹਿੰਦੇ ਕਹਿੰਦੇ ਹੁਣ ਹੁਣ ਅਸੀਂ ਮੌਜ, ਹੁਣ ਇਹਨਾਂ ਨੇ ਬਿਮਾਰ ਹੋਏ ਤਾਂ ਵੀ ਨਹੀਂ ਕਹਿਣਾ ਕਿਤੇ ਹੋਰ ਨਾ ਕੋਈ ਚੀਜ਼ ਕਹਿ ਦਿੰਦੇ। ਮੈਂ ਕਹਿ ਰਿਹਾ ਜਿਹੜੇ ਡਰੁੱਕਲ ਬੰਦੇ ਆ ਨਾ, ਇਹ ਬਾਬਿਆਂ ਦੇ ਬੜੇ ਵੱਡੇ ਗਾਹਕ ਨੇ। ਅੱਛਾ ਤੁਸੀਂ ਡਰੋ ਨਾ, ਇਹਨਾਂ ਦੇ ਡੇਰੇ ਆਪੇ ਹੀ ਬੰਦ ਹੋ ਜਾਣ, ਡਰਨਾ ਛੱਡ ਦੇ, ਅਸੀਂ ਨਹੀਂ ਡਰਦੇ, ਕਿਧਰੇ ਨਹੀਂ ਮਰਨ ਲੱਗੇ, ਕਿਤੇ ਨਹੀਂ ਜਾਣਾ, ਆਪੇ ਹੀ ਮਰ ਜਾਣਾ। ਉਹ ਤੁਹਾਡੇ ਸਿਰ ਤੇ ਹੈ, ਤੁਸੀਂ ਡਰੇ ਨਹੀਂ। ਮਾੜਾ ਜਿਹਾ ਵੇਖ ਲਿਆ, ਮਤਲਬ ਬੀਬੀ ਦੇ ਬੱਚਾ ਹੋਣ ਵਾਲਾ, ਬੀਬੀ ਦੇ ਬੱਚਾ ਹੋਣ ਵਾਲੀ ਦਾ ਪਤਾ ਲੱਗ ਜਾਂਦਾ ਨਾ ਵੀ ਬੱਚਾ ਹੋਣ ਵਾਲਾ। ਹੁਣ ਅਗਲੇ ਕਹਿੰਦੇ ਭਾਰਾ ਹੈ ਭਾਈ, ਗੁਆਂਢਣ ਲੱਗਦੀ ਹੈ ਵੀ ਲੱਗਦੀ ਹੈ ਤੁਹਾਡੇ ਤੇ, ਧਿਆਨ ਰੱਖਿਓ ਬੱਚਾ ਹੋਣ ਵਾਲਾ। ਲੈ ਤੁਸੀਂ ਕਿਸੇ ਸੱਸ ਨੂੰ ਕਹਿ ਦਿਓ, ਉਹ ਬੱਚੇ ਦਾ ਨਾਂ ਹੈ ਨਾ ਜਿਹੜਾ, ਇੱਕਦਮ ਬੀਬੀ ਡਰ ਗਈ, ਅੱਛਾ ਕੀ ਹੋਣ ਲੱਗਾ। ਸੱਸ ਨੂੰ ਕਹਿ ਦਿਓ ਮਾੜਾ ਜਿਹਾ ਵੀ ਭਾਰਾ ਹੈ ਕੋਈ, ਵੇਖ ਲਿਓ, ਇੰਨਾ ਕੁ ਕਹਿ ਦਿਓ। ਉਹਨੇ ਉਦਣ ਹੀ ਪੁੱਛਣ ਲੱਗ ਜਾਣਾ ਵੀ ਕਿਵੇਂ ਠੀਕ ਕਰੂੰ, ਧਿਆਨ ਰੱਖੋ। ਕਿਸੇ ਬੀਬੀ ਦੇ ਬੱਚਾ ਹੋ ਉਸੇ ਨੂੰ ਕਹਿ ਦਿਓ ਵੀ ਬੀਬੀ ਥੋੜ੍ਹਾ ਜਿਹਾ ਖਿਆਲ ਰੱਖੀ, ਤੇਰੇ ਤੇ ਨਾ ਥੋੜ੍ਹਾ ਜਿਹਾ ਲੱਗਦੇ ਨੇ ਬੰਦੇ ਵੀ ਗੁਆਂਢਣ ਕੋਈ ਲੱਗਦੀ ਹੈ। ਉਹਨੇ ਕਹਿਣਾ ਦੱਸੋ ਜੀ ਉਪਾ। ਡਰੀ ਹੋਈ ਇੱਕ ਮਾਂ ਦੀ ਮਮਤਾ ਨੂੰ ਕੈਸ਼ ਕਰਾਇਆ, ਇੱਕ ਸੱਸ ਹੈ ਇੱਕ ਪੋਤੇ ਦੀ ਵਾਸਤੇ, ਪੋਤੀ ਪੋਤੀ ਵਾਸਤੇ ਤਰਸਦੀ ਹੈ, ਉਹਦੀ ਮਮਤਾ ਨੂੰ ਕੈਸ਼ ਕਰਾਇਆ। ਨਾ ਨਹੀਂ ਕਰ ਸਕਦਾ ਅਗਲਾ, ਕਿਵੇਂ ਨਾ ਕਰੂਗਾ। ਤੇ ਜੇ ਅਸੀਂ ਡਾਰੀ ਗੱਲ ਦਈਏ ਤੇ ਗਾਖੀ ਖਤਮ। ਅਸੀਂ ਕਹਿ ਦਈਏ ਮੈਂ ਨਹੀਂ ਡਰਦਾ, ਹੋਣਾ ਹੋਣਾ, ਨਹੀਂ ਹੋਣਾ ਨਹੀਂ ਹੋਣਾ, ਅਸੀਂ ਜੇ ਕੋਈ ਪ੍ਰੋਬਲਮ ਹੈ ਤੇ ਇਲਾਜ ਕਰਾਵਾਂਗੇ ਆਪਣਾ, ਡਾਕਟਰ ਕੋਲ ਚੱਲੋ ਗੱਲਬਾਤ ਕਰੋ, ਕੋਈ ਪ੍ਰੋਬਲਮ ਹੈ ਠੀਕ ਕਰਾਓ। ਪਰ ਜਦੋਂ ਤੁਸੀਂ ਡਰ ਗਏ ਬਸ, ਤਾਂ ਕਰਕੇ ਮੈਂ ਕਹਿ ਰਿਹਾ ਵੀ ਆਪਣੇ ਆਪ ਨੂੰ ਕਾਇਮ ਕਰਨਾ ਪੈਣਾ, ਹੌਸਲੇ 'ਚ ਰੱਖਣਾ ਪੈਣਾ।